ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਸਾਰੇ? ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ। ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਜਿਹੜੇ ਭੈਣ ਭਰਾ ਚੈਨਲ ਦੇ ਨਵੇਂ ਆਏ ਆ, ਚੈਨਲ ਨੂੰ ਪਹਿਲਾਂ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ। ਅਤੇ ਚਲੋ ਕਰਦੇ ਹਾਂ ਅੱਜ ਦਾ ਵਲੌਗ ਸ਼ੁਰੂ। ਹਾਂਜੀ, ਰੈਡੀ ਹੋ ਗਏ ਅਤੇ ਆਪਾਂ ਜਾ ਰਹੇ ਹਾਂ ਰੋਡ 'ਤੇ, ਅਤੇ ਆਪਣੇ ਭਰਾ ਆਉਂਦੇ ਆ ਗੱਡੀ ਲੈ ਕੇ, ਅਤੇ ਫਿਰ ਉਹਨਾਂ ਦੇ ਨਾਲ ਬੈਠ ਕੇ ਅਤੇ ਚੱਲਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਨੂੰ। ਮੈਂ ਪਹੁੰਚਣਾ ਬਸ ਸੜਕ 'ਤੇ, ਮੇਨ ਰੋਡ 'ਤੇ। ਲਓ ਜੀ, ਆ ਗਈ ਆ ਗੱਡੀ, ਲੱਗਦਾ ਆ ਟਰੈਕਟਰ ਦੇ ਪਿੱਛੇ ਆ ਗਏ, ਪਹੁੰਚ ਹੀ ਗਏ ਆ। ਚਲੋ ਜੀ, ਆ ਜਾ ਪਿੱਛੇ ਤੂੰ, ਆ ਜਾ। ਨਹੀਂ ਭਰਾਵਾ, ਤੇਰਾ ਕੰਮ ਜ਼ਰੂਰੀ ਹੈ। ਉਹ ਜੀ ਚੱਲ ਪਏ ਆਪਾਂ ਬੈਠ ਕੇ ਗੱਡੀ 'ਚ, ਨਾ ਗੋਪੀ ਚ ਕਰਾ ਵੀ ਉਹ ਕਿੱਥੋਂ ਚੱਕਣਾ ਬੰਦਾ। ਨਹੀਂ ਅੱਗੋਂ ਮੁੜੀ ਆਉਂਦੇ, ਜਾਮ ਹੀ ਹੋਣਾ, ਉਹ ਵੀ ਮੁੜੀ ਲਿਆਉਂਦੇ ਅੱਗੋਂ। ਆਪਣੇ ਇੱਕ ਇਹ ਬੜੀ ਬਿਮਾਰੀ ਹੈ, ਜੇ ਇੱਕ ਨੇ ਕੀਤਾ ਹੋਇਆ ਤਾਂ ਸਾਰੇ ਹੀ ਮੁੜੀ ਜਾਂਦੇ ਨੇ। ਟਿਕਟ ਟੁਕਟ ਲਵਾਏ ਦੋ ਤਿੰਨ ਭਾਂਜ ਆਵੇ, ਉੱਧਰ ਜਾ ਕੇ ਥੱਲੇ ਮੈਨੂੰ ਭਰਾ ਫੇਰ ਹੋਸ਼ ਆਈ। ਪਰ ਆਪਣੇ ਬੰਦੇ ਜ਼ਿਆਦਾਤਰ ਬੋਲਦੇ ਭੈਣ ਚੋਦੇ, ਖਾਂਦੇ ਪੀਂਦੇ ਵੀ ਜ਼ਿਆਦਾ, ਇਹ ਰਾਜਾਂ ਦੇ ਖਾ ਗਏ। ਏਦਾਂ ਨੀ ਗੱਲ ਹੁੰਦੀ ਕੋਈ, ਏਦਾਂ ਚੋਪੀ ਹੋ ਜਾਂਦੇ, ਏਦਾਂ ਤੇ ਚੋਪੀ ਹੋ ਜਾਂਦੇ ਗੱਲਾਂ ਬਾਤਾਂ ਤਾਂ ਬੜਾ ਹੁੰਦੀ ਹੈ ਏਦਾਂ ਗੱਲਬਾਤ ਕੋਈ। ਲਓ ਜੀ, ਬਹੁਤ ਭਾਰੀ ਰਸ਼ ਅੱਜ ਸਰਸਵਤੀ ਪੂਜਾ ਕਰਕੇ, ਘੰਟਾ ਹੋ ਗਿਆ ਸਾਨੂੰ ਜਾਮ 'ਚ ਫਸਿਆਂ ਨੂੰ। ਭਾਰੀ ਜਾਮ ਲੱਗਾ ਹੋਇਆ ਦੋਵੇਂ ਪਾਸੇ, ਰਸਤੇ ਬਲੌਕ ਆ, ਤੁਸੀਂ ਦੇਖ ਹੀ ਸਕਦੇ ਆ ਵੀਡੀਓ 'ਚ। ਪ੍ਰਸ਼ਾਸਨ ਵੀ ਪੂਰਾ ਲੱਗਾ ਹੋਇਆ ਜ਼ੋਰਾਂ ਸ਼ੋਰਾਂ ਨਾਲ ਟ੍ਰੈਫਿਕ ਕਲੀਅਰ ਕਰਵਾਉਣ ਨੂੰ, ਪਰ ਜਾਮ ਬਹੁਤ ਜ਼ਿਆਦਾ। ਬਸ ਥੋੜਾ ਹੀ ਆ, ਹਾਂ ਨਿਕਲ ਗਿਆ ਤੇ ਅੱਗੇ ਫਲਾਈਓਵਰ ਦੇ, ਫਲਾਈਓਵਰ ਦੇ ਕਲੀਅਰ ਹੋ ਗਿਆ, ਹੁਣ ਹੁਣ ਨਿਕਲ ਆ ਜਾ ਸਾਹ। ਬੋਲੀ ਜਾ, ਤੁਹਾਨੂੰ ਗੱਲ ਕਰਿਓ, ਗੱਲਾਂ ਤਾਂ ਰਿਕਾਰਡ ਕਰਨੀਆਂ, ਉਦੋਂ ਤੁਸੀਂ ਚੁੱਪ ਹੋ ਜਾਂਦੇ ਬਸ। ਤੂੰ ਕੋਈ ਗੱਲ ਛੇੜ ਫੇਰੀ, ਉਹੀ ਛੇੜੀ ਚੱਲੋ ਨਾ। ਬੋਲੋ ਦੱਸੋ ਮਿੱਤਰੋ, ਕਿੱਦਾਂ ਮਹਿੰਗਾਈ ਹੋਈ ਫਿਰ ਦੱਸੋ,
ਬਾਜ਼ਾਰ ਦਾ ਮਹਿੰਗਾਈ ਕਾਹਤੋਂ ਆਈ ਆ ਬੋਲ ਰੂਸ ਦੀ ਲੜਾਈ ਹੋ ਗਈ ਨਾ ਯੂਕਰੇਨ ਦੇ ਨਾਲ ਦੱਸੀ ਜਾ ਮਮਾ ਜੋ ਤੈਨੂੰ ਸਹੀ ਲੱਗਦਾ ਇਹਦੇ ਉਹ ਡੰਡਾ ਜਿਹਾ ਲਿਆਉਣਾ ਮੈਂ ਫੜ ਕੇ ਆਇਆ ਰੱਖ ਦੇਣਾ ਤੇ ਤੈਨੂੰ ਪਤਾ ਉਹਨੇ ਲੱਗਣਾ ਆਪਣਾ ਬੜੀ ਉਹ ਸਹੀ ਭਾਈ ਇੱਕਾ ਹੋਣਾ ਥੋੜਾ ਹੋ ਜਾਂਦਾ ਉਹ ਲਿਆਂਦਾ ਨਹੀਂ ਨਾ ਮੈਂ ਚੇਤਾ ਭੁੱਲ ਗਿਆ ਆਉਣ ਲੱਗਿਆ ਸਾਜੋ ਸਮਾਨ ਰੱਖੋ ਰੱਖਿਆ ਨਾ ਉਹ ਜੇ ਪਹੁੰਚ ਗਏ ਆਪਾਂ ਗੋਲਡਨ ਗੇਟ ਦੇ ਲਾਗੇ ਐਂਟਰੀ ਕਰਨ ਲੱਗੇ ਆ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਟ੍ਰੈਫਿਕ ਬਹੁਤ ਜ਼ਿਆਦਾ ਹੈ ਸਾਰੇ ਪਾਸੇ ਅੰਦਰ ਵੀ ਹੈਗੀ ਅੰਦਰ ਵੀ ਟ੍ਰੈਫਿਕ ਹੈਗੀ ਅਸੀਂ ਬੜੇ ਭੀੜੇ ਬੈਠੇ ਅੰਦਰ ਹੀ ਬਹੁਤ ਟ੍ਰੈਫਿਕ ਹੈ ਸਹੀ ਆ ਇੱਕ ਮੁੰਡਾ ਤਾਂ ਪੂਰਾ ਇਕੱਠਾ ਹੋ ਕੇ ਬੈਠਾ ਉਹ ਲੱਤਾਂ ਵੀ ਇਕੱਠੀਆਂ ਗਈਆਂ ਪਈਆਂ ਕਿ ਸਹੀ ਹੈ ਲਓ ਜੀ ਪਹੁੰਚ ਗਏ ਆਪਾਂ ਅੰਮ੍ਰਿਤਸਰ ਸਾਹਿਬ ਪਾਰਕਿੰਗ ਚਲਾ ਦੀ ਆ ਗੱਡੀ ਉਤਰਨ ਲੱਗੇ ਆਪਣੇ ਜਵਾਨ ਗੱਡੀ ਆਪਾਂ ਲਾ ਦਈ ਆ ਪਾਰਕਿੰਗ 'ਚ ਅਤੇ ਹੁਣ ਚੱਲਦੇ ਹਾਂ ਦਰਬਾਰ ਸਾਹਿਬ ਵੱਲ ਹਾਂਜੀ ਦੋਸਤੋ ਆਪਾਂ ਜਾ ਰਹੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਵੱਲ ਸੰਗਤਾਂ ਆ ਰਹੀਆਂ ਜਾ ਰਹੀਆਂ ਬਹੁਤ ਵਧੀਆ ਖੂਬਸੂਰਤ ਦ੍ਰਿਸ਼ ਤੁਸੀਂ ਵੀ ਵੇਖੋ ਇੱਕ ਮਿੰਟ ਹੋਲਡ ਕਰੀ ਮਾੜਾ ਜਿਹਾ ਫੋਨ ਇਹ ਸਾਡੇ ਭਰਾ ਨਾਲ ਤੁਰੇ ਆ ਰਿਹਾ ਹਾਂਜੀ ਹਾਂਜੀ ਨਾਸ਼ਤਾ ਕਰਨ ਵਾਲੀ ਹਾਂ ਵਧੀਆ ਵਧੀਆ ਸੇਲ ਲੱਗ ਗਈ ਸੇਲ ਲਓ ਜੀ ਆਪਾਂ ਆਏ ਹਾਂ ਵੀਰ ਕੋਲ ਬੋਬੀ ਦੁੱਧ ਵਾਲੇ ਕੋਲ ਵੀਰ ਦਾ ਦੁੱਧ ਬਹੁਤ ਮਸ਼ਹੂਰ ਆ ਅੰਮ੍ਰਿਤਸਰ ਦੇ ਵਿੱਚ ਅਤੇ ਆਪਾਂ ਇੱਥੋਂ ਲੰਘ ਰਹੇ ਸੀ ਅਤੇ ਆਪਾਂ ਵੀ ਕਿਹਾ ਚਲੋ ਦੁੱਧ ਪੀ ਕੇ ਚੱਲਦੇ ਹਾਂ ਦੇਖੋ ਵੀਰ ਦੇ ਐਕਸ਼ਨ ਯੂਟਿਊਬ 'ਤੇ ਵੀਡੀਓ ਬਹੁਤ ਦੇਖੀਆਂ ਵੀਰ ਦੀਆਂ ਚਲੋ ਆਪਾਂ ਵੀ ਕਰਦੇ ਹਾਂ ਟੇਸਟ ਦੁੱਧ ਹਰ ਗੋਪੀ
ਇਧਰ ਪਿੱਛੇ ਆ ਜਾ ਹਾਂ ਪਿੱਛੇ ਹੋ ਜਾ ਲਓ ਜੀ ਦੁੱਧ ਛਕਣ ਲੱਗੇ ਅਸੀਂ ਮੇਰੀ ਵੀਡੀਓ ਬਣਾ ਦੇ ਸੀਡਨ ਉਹ ਮੈਂ ਦੇਖਿਆ ਨਹੀਂ ਨਾ ਆ ਦੇ ਚੈੱਕ ਕਰੋ ਉੱਤੇ ਪਾਇਆ ਕੇਸਰ ਦੇ ਨਾਲ ਗੁਲਾਬ ਦਾ ਪਤਾ ਹੈ ਕੇਸਰ ਕੇਸਰ ਹੈ ਨਾਲ ਕੇਸਰ ਹੈ ਕੇਸਰ ਹੈਗਾ ਆ ਪਰ ਕੇਸਰ ਵਾਲਾ ਦੁੱਧ ਆ ਬਸ ਕਰ ਯਾਰ ਅੱਗੇ ਦੁੱਧ ਪੀ ਪੀ ਕੇ ਤੇ ਥੋੜੀ ਭਾਜੀ ਮੇਰੇ ਸਾਹ ਇੱਥੇ ਹੀ ਮਦਦ ਹਾਂ 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 ਮੇਰੇ ਸਾਹ ਹੱਥ ਆਜ ਮੈਂ ਤਿਆਰ ਹੁੰਦਾ ਹਾਂ ਹਾਂ ਹੋ ਜੋ ਤਿਆਰ ਚੱਲੀਏ ਫਿਰ ਮੱਥਾ ਟੇਕਣ ਉੱਠ ਬਾ ਦੋਵੇਂ ਤੇ ਮੂੰਹ ਢੱਕ ਲਿਆ ਹੋ ਗਿਆ गोपी तैयार होन दिया उठो उठ बो अही चले आ जाओ फिर बुआ तो बंद कर कुंडी ला ला कुंडी चले चंगा चलो जी अभी चलने दर्शन करना श्री हरिमंदर साहब। हाँ जी दोस्तों आप जा रहे हैं जी हम दरबार साहब वाल मत्था टेकेंगे जाके। हाँ जी दोस्तों पहुँच गए आप जी श्री हरिमंदर साहब दर्शनी ड्यूटी तक पहुँच चलने आप फिर अंदर जावे ਵਾਹਿਗੁਰੂ ਜੀ। ਲਓ ਜੀ ਹੁਣ ਆਪਾਂ ਲੰਗਰ ਛਕਾਂਗੇ ਗੁਰੂ ਕਾ ਲੰਗਰ ਧੰਨ ਗੁਰੂ ਰਾਮਦਾਸ ਮਿਹਰ ਕਰ ਸੱਚੇ ਪਾਤਸ਼ਾਹ। हाँ जी दोस्तों आप दर्शन करके श्री हरिमंदर साहब से बाहर आ गए हैं हूँ जोड़े घर जावे तो जोड़े लेने बहुत वधिया दर्शन होए। लो जी असी दर्शन कर ले बहुत वधिया दर्शन हो गए आ हूँ अभी मत्था टेक के बाहर आ गए हैं बाजार वाले पास नू हम साढ़े नाल का बंदा पता नहीं किधर गवाच गया एक उन्होंने लभदे फिरते फोन कर दे हम घरों आए दो बंदे दर्शन करना
हाँ जी अभी हम जा रहे हैं जी अपने रूम वाल उत्थे समान समून रख के फिर कढ़ते हैं गेड़ी बाजार वाल नूं जाना जी बह थक जी गोपी मेरी चल बिमार स्टेटस चुरा के ला लिया हां साढ़े दो बंदे आ ये मथा टेकन तक भी नहीं गए इतने बैठे रहे दोवे भाई तुम देख आए किथे मैं जाने में टिक मेरे चलो मतलब चलो ठीक है काल तक हां चल ठीक है मतलब लो जी अभी होटल तो बाहर आ गए हम तो चले पिंड नू ठीक है ना लो जी हम आप जावे वे जलियाँ बाग से पहला कुछ खा पी लीए तो फिर जावे जलियाँ बाग लो जी नाम छकन दे होने ही पहली दाल जवाल आ गया वो फिर चेंज करा दी हम लो जी भाई कुलवंत सिंह कुलचे वाले अमृतसर फेमस कुलचा इतो खा के आने कुलचे पहली प्लेट के बाद जेडी गोभी लो जी आप चले हम जलियांवाले बाग के अंदर नौ जी एंट्री आ जलियांवाले बाग दी है जो तुसी निशान देख रहे हैं ये जदों जलियांवाले बाग ते जनरल डायर ने अटैक करवाया सी उदों दा ये गोलियां दे निशान आ ये जो डब्बे जे बने आ इन्हां ये गोलियां दे निशान आ जिन्ने भी वाइट बॉक्स बने आ ये सारे गोलियां के निशान है इन्हां दे विच लगे हुए ये नीचे तक थले तक देखो ये सारे गोलियां के निशान है
ਲੋ ਇਹ ਆ ਗਈ ਕਾਫੀ ਆਪਣੇ ਗਰਮਾ ਗਰਮ ਉਧਰ ਗੋਪੀ ਵੀ ਤੁਰਿਆ ਹੁੰਦਾ ਚੱਕ ਕੇ ਪਿੱਛੇ ਪੁੰਨੂ ਵੀ ਚੱਕ ਲਿਓ ਕਾਫੀਆਂ ਨਾ ਚੇਅਰਸ ਕਰੋ ਲਓ ਵੀ ਮਿੱਤਰੋ ਆ ਗਈ ਕਾਫੀ ਚੇਅਰਸ ਵੀ ਜੇ ਤੂੰ ਆਪਣੀ ਫੋਟੋ ਪਾਣੀ ਬੁਲਾਓ ਤੇ ਵੀਡੀਓ ਕਾਲ ਕਰ ਸਕਦਾ ਤੇਰੀ ਹੁਣੇ ਫੋਟੋ ਆ ਜਾਏਗੀ ਤੂੰ ਵੀ ਮਸ਼ਹੂਰ ਹੋ ਜਾਏਗਾ ਮਸ਼ਹੂਰ ਹੋ ਜਾਏਗਾ ਆਪਣੀ ਹੈ ਜੇ ਤੇ ਇਦਾਂ ਹੀ ਫਿਰ ਵੇਖ ਲਾ ਤੇ ਮਰ ਜੀ ਕੀ ਦਾ ਦੱਸ ਦਾ ਛੇਤੀ ਬੋਲ ਇਹਨਾਂ ਟਾਈਮ ਨਹੀਂ ਸਾਡੇ ਕੋਲ ਲੈ ਵੇ ਮੁੰਡਾ ਵੀ ਕਹਿੰਦਾ ਵਲੌਗ ਚ ਆਉਣਾ ਕਹਿੰਦਾ ਆਹੋ ਕਹਿੰਦਾ ਵਲੌਗ ਚ ਆਉਣਾ ਮੁੰਡਾ ਆ ਗਿਆ ਬਲੌਗ ਚ ਪਰ ਬਹੁਤ ਹਨੇਰਾ ਤੇਰੇ ਚਾਨਣ ਕਰ ਲਾ ਕੁੜੀ ਆ ਗਿਆ ਇੰਨੇ ਹਨੇਰੇ ਚ ਬਲੌਗ ਨੀ ਫੋਟੋ ਨੀ ਤੇਰੀ ਸਹੀ ਹੋਣੀ ਕਿੱਥੇ ਆ ਤੇ ਲੈ ਪਾ ਦਿੱਤਾ ਤੈਨੂੰ ਅਸੀਂ ਤੂੰ ਮੈਂ ਉਹ ਤੇ ਚੱਲੀ ਤੂੰ ਹੁਣ ਸਾਨੂੰ ਨਿਊਯਾਰਕ ਨਾ ਦਿਖਾਈ ਜਾ ਬਾਅਦ ਬਣਾ ਕੇ ਲਈ ਦੇਖਦਾ ਹੀ ਨਹੀਂ ਉਹ ਤੇ ਚੱਲੀ ਆ ਉਹ ਤੇ ਹੁਣ ਸਾਨੂੰ ਹੁਣ ਸਾਨੂੰ ਪਰਛਾਂ ਉਹ ਆ ਸਮਾਨ ਦੇਖੋ ਹੁਣ ਤੂੰ ਆ ਬੜਾ ਸ਼ਾਟ ਦੇ ਸਕਦਾ ਹਾਂ ਹਾਂ ਹੁਣ ਇਹਦੀ ਦਿਖਾ ਫੋਟੋ ਇੱਥੇ ਹਨੇਰੇ ਦੇ ਹਾਂ ਹੁਣ ਦੇਖਦਾ ਨਾ ਵਿੱਚ ਹੈਲੋ ਦੁਆ ਸਲਾਮ ਕਰ ਦੇ ਜੇ ਘੱਲਣਾ ਹੀ ਨਿਊਯਾਰਕ ਦੇ ਦਰਸ਼ਨ ਕਰ ਲਓ ਤੁਸੀਂ ਵਲੌਗ ਚ ਬੋਲ ਵੀ ਨਾ ਕੁਛ ਤੂੰ ਨਹੀਂ ਓਏ ਇਹਦੇ ਦਰਸ਼ਨ ਬਾਅਦ ਚ ਕਿਸੇ ਦਿਨ ਕਰਾ ਦੀ ਸਾਨੂੰ ਆਪਣਾ ਕੋਈ ਦੁਆ ਸਲਾਮ ਘੱਲ ਦੇ ਕੋਈ ਘੱਲਣਾ ਤੂੰ ਇੰਡੀਆ ਵਾਲੇ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਹੈਂ ਨਹੀਂ ਇੰਨੀ ਯਾਰ ਉਹ ਇੱਧਰ ਫੋਟੋ ਵੀ ਹੋਣ ਲੱਗੀ ਸਾਡੀ ਦੱਸ ਸਾਡੀ ਨੀ ਹੋਣ ਲੱਗੀ ਕਰ ਯਾਰ ਕਰ ਇਹਦੇ ਉਹ ਕਰਦੇ ਯਾਰ ਕਰ ਯਾਰ ਤੂੰ ਕਰ ਯਾਰ ਤੈਨੂੰ ਕਿਹਾ ਕਰ ਉਹਦੇ ਯਾਰ ਓਹੋ ਇਹਦੇ ਦੁਆਲੇ ਇੱਧਰ ਤੁਸੀਂ ਓਦਾਂ ਸਬਸਕ੍ਰਾਈਬਰ ਚਾਹੁੰਦੇ ਤੇ ਮੈਨੂੰ ਕਹਿੰਦੇ ਮੈਂ ਕਹਿੰਦਾ ਹੱਥ ਜੋੜ ਦਿੰਦਾ ਭਰਾਵਾ ਸਬਸਕ੍ਰਾਈਬਰ ਬਣ ਜਾਏ ਆਈਡੀਆ ਕਿਹਨੇ ਦਿੱਤਾ ਸੀ ਪਹਿਲਾਂ ਪਿੱਛੇ ਪਿੱਛੇ ਲੁਕਦਾ ਗਾਹ ਆ ਜਾਣਾ ਦੋਵੇਂ ਜਿੱਥੇ ਆਪਾਂ ਹੈਗੇ ਨਾ ਕਈ ਲੋਕ ਜ਼ਿਆਦਾਤਰ ਤਾਂ ਦੇ ਆਪਣੇ ਲੋਕ ਤਾਂ ਪਰੇਸ਼ਾਨੀ ਕਰਕੇ ਚਲ ਜਾਂਦੇ ਆ ਕਹਿੰਦੇ ਪਤਾ ਨੀ ਹੈਗਾ ਨਾ ਅੱਜ ਬੜਾ ਆਨੰਦ ਆਇਆ ਆਪਾਂ ਨੂੰ ਮੱਥਾ ਟੇਕ ਕੇ ਹਨਾ ਕਿੰਨਾ ਟਾਈਮ ਬੈਠੇ ਹੁਣ ਕਈ ਵਿਚਾਰੇ ਨਾਲ ਆਏ ਨਹਾਤੇ ਵੀ ਨੀ ਸਵੇਰ ਦੇ ਮੂੰਹ ਨੀ ਧੋਤਾ ਮੇਰੇ ਤੋਂ ਸਿਆਣੀਆਂ ਗੱਲਾਂ ਕਰਦੇ ਕਰਦੇ ਮੇਰੇ ਦੁਆਲੇ ਹੋਈ ਹੁਣ ਜਾ ਇੱਕ ਪਾਸੇ ਸਿਆਣੀਆਂ ਗੱਲਾਂ ਕਰ ਲਓ ਜਾਂ ਫਿਰ ਇੱਦਾਂ ਦੀਆਂ ਗੱਲਾਂ ਐਡਾ ਵਧੀਆ ਮੁੱਦਾ ਚੁੱਕਿਆ ਕਿ ਤੈਨੂੰ ਹੋ ਜਾਵੇ ਹੈ ਨਹੀਂ ਹੁਣ ਗਰਮੀ ਲੱਗ ਲਾਤੀ ਏਦਾਂ ਹੁਣ ਤੇ ਨਹਾ ਲੈਣਾ ਚਾਹੀਦਾ ਤੈਨੂੰ ਰਾਜ ਨਵਾਲ ਦਰਿਆ ਦੇ ਨਵਾਨੇ ਜਿੱਤੇ ਗਾਂਦਾ ਮੂਰਤੀਆਂ ਤਾਰ ਕੇ ਉੱਥੇ ਤਾਂ ਆਇਆ ਉੱਥੇ ਤਾਰਦੇ ਆ ਉੱਥੇ ਕਿਸੇ ਦੀ ਵਰਤੋਂ ਵੀ ਲਾਉਂਦੇ ਥੰਦੇ ਨੂੰ ਮੈਂ ਸੁੱਟਦੇ ਹੋ ਮੇਰੇ ਜਾ ਕੇ
ਕੱਲ ਵੇਖ ਲਾ ਉਹਨਾਂ ਨੂੰ ਲੱਗਾ ਰਿਹਾ ਸੀ ਸਾਰੀ ਦਿਹਾੜੀ ਭੈਣ ਚੋ ਇਹ ਨੀ ਕਿ ਆਪ ਤਾਰੀ ਲਾਣਾ ਮੂਰਤੀਆਂ ਭੈਣ ਸੁਣਦਾ ਰਿਹਾ ਭੰਗੜੇ ਪਾਉਂਦਾ ਰਿਹਾ ਨਾਲ ਉਹ ਹੈਗੀ ਨਾ ਵੀਡੀਓ ਬਣਾਈ ਨਾ ਉਹ ਜ਼ਰੂਰ ਪਾਉਣੀ ਭੈਣ ਲਓ ਜੀ ਕੌਫੀ ਪੀ ਲਈ ਆ ਤੇ ਹੁਣ ਅਸੀਂ ਚੱਲੇ ਹਾਂ ਗੱਡੀ ਵੱਲ ਨੂੰ ਬੰਦਿਆਂ ਦੇ ਕੱਪੜੇ ਕੱਥਣ ਲੱਗ ਪਏ ਗਰਮੀ ਹੋ ਗਈ ਕਹਿੰਦੇ ਲੋਈਆਂ ਲੋਈਆਂ ਪਾ ਦੀਆਂ ਹੁਣ ਗਿੱਟ 'ਚ ਚਲੋ ਚੱਲਦੇ ਹਾਂ ਪਾਰਕਿੰਗ 'ਚ ਹੁਣ ਯਾਰ ਯਾਰ ਹਾਂਜੀ ਦੋਸਤੋ ਪਹੁੰਚ ਗਏ ਆਪਾਂ ਪਾਰਕਿੰਗ 'ਚ ਅਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ ਗੱਡੀ 'ਚ ਬਹਿੰਦੇ ਹਾਂ ਅਤੇ ਚੱਲਦੇ ਹਾਂ ਆਪਣੇ ਮੰਜ਼ਿਲ ਵੱਲ ਨੂੰ ਬਾਹਰ ਕੱਢੋ ਹਾਂ ਕੀ ਕਰਨ ਲੱਗੇ ਹੁਣ ਪਰੇਸ਼ਾਨੀ ਦੱਸਿਆ ਕੀ ਹੈ ਕਾਹਦੀ ਕੱਪ ਤੋਂ ਚਾਹ ਪੀਣੀ ਹੈ ਹੌਲੀ ਹਰ ਮੇਰੇ ਪਾਪਾ ਨੇ ਮੇਰਾ ਬਹੁਤ ਸਮਝਾਇਆ ਉਹਨੇ ਕਹਿੰਦੇ ਪਿੰਡ ਤਰੱਕੀ ਕਰੇਗਾ ਫਿਰ ਮੈਂ ਇੱਦਾਂ ਹੌਲੀ ਹੌਲੀ ਬੁਲੰਦੀਆਂ ਨੂੰ ਸ਼ੁਰੂ ਆ ਗਿਆ ਬੋਲਦੇ ਚੜ੍ਹਦਾ ਗਿਆ ਜੇ ਉਹ ਅੱਜ ਕੱਲ੍ਹ ਉਹਨੇ ਫਿਰ ਦੱਸਣਾ ਕਿ ਜੋ ਅੱਜ ਮੈਂ ਹੈਗਾ ਉਹ ਆਪਣੇ ਪਾਪਾ ਦੀ ਬਜਾਉ ਇਹਦਾ ਸਾਲ ਦਾ ਉੱਦਾਂ ਨਾਮ ਬਣ ਜਾਣਾ ਉਹਦੇ ਲਈ ਆਪਾਂ ਹੁਣ ਪਹੁੰਚ ਗਏ ਜੀ ਬਾਬਾ ਬਕਾਲਾ ਸਾਹਿਬ ਹੁਣ ਕਰਦੇ ਹਾਂ ਦਰਸ਼ਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਤੇ ਤੁਹਾਨੂੰ ਵੀ ਕਰਾਉਂਦੇ ਹਾਂ ਅੰਦਰ ਹਾਂਜੀ ਅਸੀਂ ਹੁਣ ਮੱਥਾ ਟੇਕ ਕੇ ਅਤੇ ਆ ਗਏ ਹਾਂ ਬਾਹਰ ਹੁਣ ਸਾਡੇ ਜਵਾਨ ਕਹਿੰਦੇ ਆ ਵੀ ਅਸੀਂ ਸ਼ਸਤਰ ਵੇਖਣੇ ਆ ਅਤੇ ਸ਼ਸਤਰ ਵੇਖਣ ਲੱਗਿਆ ਦੁਕਾਨਾਂ ਦੀ ਕੀ ਲੈਣਾ ਕੀ ਆ ਸ਼ਸਤਰਾਂ ਦੀ ਫਰਕ ਕਰਦੇ ਹੋਏ ਸਾਡੇ ਸਭ ਵੀ ਭਾਜੀ ਪੂਰੀ ਚੰਗੀ ਤਰ੍ਹਾਂ ਫਰਕ ਕਰਦੇ ਹੋਏ ਥੋੜੀ ਸਿੱਧੀ
ਕਈ ਜੱਟ ਛੱਡਦਾ ਨੰਗੇ ਹਥਿਆਰ ਕੀ ਰੀਤ ਲਏ ਆਪਣੇ ਹੁਣ ਕੋਣ ਕਹਦਾ ਹੈਗੇ ਜੀ ਮੱਥਾ ਟੇਕ ਕੇ ਸ਼ੋਪਿੰਗ ਸ਼ੋਪਿੰਗ ਕਰ ਲਈਆ ਤੇ ਹੁਣ ਅਸੀਂ ਚੱਲੇ ਹਾਂ ਪਿੰਡ ਨੂੰ ਸਮਾਨ ਰੱਖਣ ਦੇ ਗੱਡੀ 'ਚ ਤੇ ਬਸ ਤਿਆਰੀ ਆ ਹੁਣ ਪਿੰਡ ਦੀ ਲਓ ਜੀ ਪਹੁੰਚ ਗਏ ਆਪਾਂ ਬਿਆਸ ਪੁੱਲ ਤੇ ਲਓ ਜੀ ਪਹੁੰਚ ਗਏ ਆਪਾਂ ਢਿਲਵਾਂ ਟੋਲ ਪਲਾਜ਼ਾ ਲੰਘ ਗਏ ਹਾਂ ਚੜਾ ਦੀਏ ਮੈਨੂੰ ਲਓ ਜੀ ਪਹੁੰਚ ਗਏ ਪਿੰਡ ਆਪਾਂ ਤੇ ਖੋਲੋ ਯਾਰ ਡਿੱਗੀ ਖੁੱਲਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਨਵੀਆਂ ਵੀਡੀਓ ਅਪਲੋਡ ਕਰੀਏ ਕੋਈ ਵੀ ਤੇ ਤੁਹਾਡੇ ਤੱਕ ਪਹੁੰਚ ਸਕੇ ਤਾਂ ਚਲੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਧੰਨਵਾਦ ਦੋਸਤੋ।